ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਉਲਾਣਾ ਵਿਖੇ ਕਰਵਾਇਆ ਗਿਆ ਗਣਿਤ ਮੇਲਾ। ਸ਼ੰਭੂ ਦੇ ਨੇੜਲੇ ਪਿੰਡ ਉਲਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਣਿਤ ਮੇਲਾ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਅਧਿਆਪਕ ਸੁਖਵਿੰਦਰ ਕੁਮਾਰ ਖੋਸਲਾ ਨੇ ਕੀਤਾ। ਗਣਿਤ ਮੇਲੇ ਦੇ ਵਿੱਚ ਬੱਚਿਆਂ ਨੇ ਵੱਖ ਵੱਖ ਤਰ੍ਹਾਂ ਦੇ ਪ੍ਰਿੰਟਿੰਗ ਮੁਕਾਬਲੇ ਵੀ ਕਰਵਾਏ। ਜੇਤੂ ਬੱਚਿਆਂ ਨੂੰ ਸਕੂਲ ਦੇ ਮੁੱਖ ਅਧਿਆਪਕ ਸੁਖਵਿੰਦਰ ਕੁਮਾਰ ਖੋਸਲਾ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਸਕੱਤਰ ਕ੍ਰਿਸ਼ਨ ਕੁਮਾਰ ਦਾ ਧੰਨਵਾਦ ਕੀਤਾ। ਇਸ ਸਮੇਂ ਸਕੂਲ ਅਧਿਆਪਕ ਹਰਪ੍ਰੀਤ ਸਿੰਘ, ਧਰਮਪਾਲ ਸਿੰਘ, ਅਵਤਾਰ ਸਿੰਘ, ਦਿਲਬਾਗ ਸਿੰਘ, ਗੁਰਪ੍ਰੀਤ ਕੌਰ ਬੈਂਸ, ਰਾਜਵਿੰਦਰ ਕੌਰ ਗਿੱਲ, ਮਨਜੀਤ ਕੌਰ, ਕਿਰਨਜੀਤ ਕੌਰ, ਮਨਪ੍ਰੀਤ ਕੌਰ, ਰਣਧੀਰ ਕੌਰ ਅਤੇ ਬਲਜਿੰਦਰ ਕੌਰ, ਮਨਜੀਤ ਕੌਰ ਮੈਡਮ ਵੰਦਨਾ ਗੁਪਤਾ ਤੋਂ ਇਲਾਵਾ ਬੱਚਿਆਂ ਦੇ ਮਾਪੇ ਵੀ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਸਨ। ਸ਼ੰਭੂ ਵੈਰੀ ਤੋਂ ਰਜਿੰਦਰ ਮੋਹੀ, ਆਜ਼ਾਦ ਟੀਵੀ ਨਿਊਜ਼। ਅੱਜ ਸਾਡੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਲਾਣਾ ਵਿਖੇ ਅੱਜ ਮੈਥ ਦਾ ਮੇਲਾ ਲਗਾਇਆ ਗਿਆ ਹੈ, ਜੋ ਕਿ ਸਾਡੇ ਲਈ ਮੈਥ ਸਮਝਣ ਵਿੱਚ ਬਹੁਤ ਹੀ ਵਧੀਆ ਹੈ। ਇਸ ਲਈ ਸਾਨੂੰ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਹੈ। ਅਸੀਂ ਪੰਜਾਬ ਦੇ ਸਕੱਤਰ ਸਾਹਿਬ ਅਤੇ ਹੋਰ ਜਿਹੜੇ ਉਹਨਾਂ ਨਾਲ ਇਸ ਵਿੱਚ ਹੱਥ ਵਟਾਇਆ ਹੈ, ਉਹਨਾਂ ਨੂੰ ਧੰਨਵਾਦ ਕਰਦੇ ਹਾਂ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਲਾਣਾ ਵਿਖੇ ਸਾਡੇ ਮਾਣਯੋਗ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਅਗਵਾਈ ਹੇਠ ਉਹਨਾਂ ਦੇ ਜਿਹੜੇ ਡਰੀਮ ਪ੍ਰੋਜੈਕਟ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਅਧੀਨ ਗਣਿਤ ਮੇਲਾ ਲਾਇਆ ਗਿਆ, ਜਿਸ ਦੇ ਵਿੱਚ 6ਵੀਂ 7ਵੀਂ 8ਵੀਂ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਇਸ ਮੇਲੇ ਨੂੰ ਦੇਖਣ ਲਈ ਬਾਹਰ ਦੀਆਂ ਸੰਸਥਾਵਾਂ ਨੂੰ ਵੀ ਬੁਲਾਇਆ ਗਿਆ ਅਤੇ ਉਹਨਾਂ ਨੇ ਬੜੇ ਰੁਚੀ ਨਾਲ ਇਸ ਮੇਲੇ ਨੂੰ ਦੇਖਿਆ ਅਤੇ ਬੜਿਆਂ ਬੱਚਿਆਂ ਦੇ ਵਿੱਚ ਬੜਾ ਉਤਸ਼ਾਹ ਸੀ ਕਿ ਅਸੀਂ ਲਰਨਿੰਗ ਬਾਏ ਡੂਇੰਗ ਜਿਹੜਾ ਹੈ ਗਤੀਵਿਧੀਆਂ ਰਾਹੀਂ ਮੈਥ ਨੂੰ ਬੜੇ ਈਜ਼ੀ ਵੇ ਨਾਲ ਸਿੱਖ ਸਕਦੇ ਹਾਂ ਅਤੇ ਆਪਣੇ ਜੀਵਨ ਦੇ ਵਿੱਚ ਉਸਨੂੰ ਸੁਖਾਲਾ ਬਣਾਉਣ ਲਈ ਮੈਥ ਨੂੰ ਇਸਨੂੰ ਯੂਜ਼ ਕਰ ਸਕਦੇ ਅਤੇ ਭਵਿੱਖ ਵਿੱਚ ਉਹਨਾਂ ਨੂੰ ਕਦੇ ਮੈਥ ਨੂੰ ਪੜ੍ਹਨ ਦੇ ਵਿੱਚ ਕੋਈ ਡਰ ਨਹੀਂ ਲੱਗੇਗਾ। ਮੈਂ ਇਸ ਲਈ ਆਪਣੇ ਸਕੱਤਰ ਸਾਹਿਬ ਕ੍ਰਿਸ਼ਨ ਕੁਮਾਰ ਜੀ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹ ਆਪਣੇ ਇਸ ਤਰ੍ਹਾਂ ਦੇ ਪ੍ਰੋਜੈਕਟਸ ਨੂੰ ਸਾਡੇ ਪੰਜਾਬ ਵਿੱਚ ਲੈ ਕੇ ਆਏ, ਜਿਸ ਨਾਲ ਸਾਡੇ ਬੱਚਿਆਂ ਦੀ ਯੋਗ ਅਗਵਾਈ ਹੋਏਗੀ ਅਤੇ ਉਹ ਆਪਣੇ ਇਸ ਮੈਥ ਸਬਜੈਕਟ ਤੋਂ ਪੜ੍ਹਨ ਤੋਂ ਕਦੇ ਵੀ ਘਬਰਾਉਣਗੇ ਨਹੀਂ ਅਤੇ ਆਪਣੀ ਜ਼ਿੰਦਗੀ 'ਚ ਚੰਗਾ ਮੁਕਾਮ ਜਿਹੜਾ ਹਾਸਲ ਕਰਨਗੇ।